ਅੱਜ ਨਾਲਾਦੀਨ ਆਉਂਦੇ ਪਿੰਡ ਰਾਏਪੁਰ ਖੁਰਦ ਵਿਖੇ ਆਪਸੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਤੇ ਦਾਤਰ ਕਿਰਪਾਨਾਂ ਅਤੇ ਅੰਨੇ ਵਾਹ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਿੰਡ ਮੇਰਾ ਰਾਏਪੁਰ ਖੁਰਦ ਆ। ਹਾਂਜੀ, ਵਾਕਿਆ ਜੀ, ਸਾਡੇ ਬੱਚੇ ਕੱਦੂ ਕਰਨ ਡਏ ਜੀ। ਇੱਕ ਹੈਗਾ ਜੀ ਰਾਜਵੀਰ ਸਿੰਘ, ਗੁਰਵੀਰ ਸਿੰਘ, ਮਤਲਬ ਵੀ ਸਾਡੇ ਪਿੰਡ ਦੇ ਪ੍ਰੀਤਮ ਸਿੰਘ ਦੇ ਲੜਕਾ, ਕਾਬਲ ਸਿੰਘ ਦੇ ਲੜਕਾ, ਲਾਗੇ ਮਸੀਹ ਨੇ ਜੀ, ਵਿਕਰਮ ਨਹੀਂ, ਨਾਲ ਇਹਨਾਂ ਦੇ ਯਾਰ ਦੋਸਤ ਉਮਰਪੁਰੇ ਦਾ ਜੀ, ਸਾਡੇ ਬੱਚਿਆਂ 'ਤੇ ਇਹਨਾਂ ਹਮਲਾ ਕਰਤਾ ਜੀ। ਸਾਡੇ ਬੱਚੇ ਦੇ ਇੱਕ ਤਾਂ ਦਾਤਰ ਮਾਰਤਾ, ਪੁੱਠੇ ਦਾਤਰ ਪਿੱਛੇ ਲੱਕ 'ਚ ਮਾਰੇ ਆ, ਬਾਂਹ ਜਿਹੜੀ ਆ ਅਰਕ ਲਾਗੋਂ ਬਹੁਤ ਜ਼ਿਆਦਾ ਲਾਹਤੀ ਆ ਜੀ, ਪਤਾ ਨਹੀਂ ਥੋੜ੍ਹੀ ਬਹੁਤੀ ਅੜੀ ਆ ਜੀ। ਜਿਹੜਾ ਹੈਗਾ ਜੀ ਆਪਣਾ ਗੁਰਬੀਰ ਸਿੰਘ, ਇਹਦੇ ਪਹਿਲਾਂ ਇਹਨੂੰ ਕੁੱਟਿਆ, ਲੱਕ 'ਚ ਦਾਤਰ ਮਾਰੇ, ਕਿਸੇ ਨੇ ਲਲਕਾਰਾ ਲਾ ਕੇ ਮਾਰਿਆ। ਜਿਹੜਾ ਕਾਬਲ ਸਿੰਘ ਆ ਵੀ ਫਾਲੋ ਜਾਨ ਨਾ ਦੇਈ ਇਹਨਾਂ ਨੂੰ, ਉਹ ਵਿਚਾਰਾ ਆਪਣਾ ਜਾਨ ਬਚਾ ਕੇ ਖਾਤਰ ਭੱਜਣ ਲੱਗਾ ਹੈ। ਇਹਨਾਂ ਪਹਿਲਾਂ ਹਵਾਈ ਫੈਲ ਕੱਢਿਆ ਹੈ, ਹਵਾਈ ਫੈਲ ਕੱਢ ਕੇ ਬਾਅਦ ਵਿੱਚ ਇਹਨਾਂ ਸਿੱਧੀ ਗੋਲੀ ਠੋਕੀ ਆ, ਉਹਦੇ ਇੱਥੇ ਦਾਣੇ ਲੱਗੇ ਆ, ਪੱਟ 'ਤੇ ਵੀ ਵੱਜੇ ਆ, ਇੱਥੇ ਆ ਛਾਤੀ 'ਤੇ ਵੱਜੇ ਆ, ਇੱਥੇ ਵੀ ਬਾਂਹ 'ਤੇ ਵੱਜੇ ਆ। ਉਹ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ, ਪਤਾ ਨਹੀਂ ਜੀ ਰੱਬ ਚਾਹੁੰਦਾ ਹੈ ਉਹਦਾ ਦਾਣਾ ਪਾਣੀ ਹੋਊਗਾ ਅਤੇ ਗਾਂਹ ਖਾ ਸਕਦਾ ਹੈ, ਨਹੀਂ ਤਾਂ ਉਹ ਖਤਮ ਹੋ ਸਕਦਾ ਜੀ। ਸਰ ਕੀ ਕਾਰਵਾਈ ਕੀਤੀ ਗਈ? ਕਾਰਵਾਈ ਜੀ ਉਹਨਾਂ 'ਤੇ ਪਰਚਾ ਮਤਲਬ ਵੀ ਕੱਟਿਆ ਗਿਆ ਜੀ। ਸਾਨੂੰ ਹੁਣ ਇਹੋ ਹੀ ਆ, ਸਾਡਾ ਇੱਕ ਬੱਚਾ ਘਰ ਆ, ਜਗਵੀਰ ਸਿੰਘ ਉਹਦਾ ਨਾਂ ਆ, ਮੇਰਾ ਬੇਟਾ ਆ, ਬਾਕੀ ਸਾਡੇ ਜਿਹੜੇ ਇਹ ਦੋਵੇਂ ਬੱਚੇ ਨੇ ਇਹ ਹਸਪਤਾਲ ਨੇ। ਆਪ ਅਸੀਂ ਇਹਨਾਂ ਦੀ ਭੱਜ ਦੌੜ ਕਰਨ ਦਏ ਹਾਂ, ਇਹਨਾਂ ਦੀ ਜਾਨ ਬਾਜੇ। ਉਹ ਇਕੱਲਾ ਬੱਚਾ ਜਿਹੜਾ ਬਾਹਰ ਦਾ ਖੇਤੀਬਾੜੀ ਦਾ ਕੰਮ ਕਰਦਾ, ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ। ਕੱਲ੍ਹ ਵੀ ਰਾਤ ਇਹਨਾਂ ਨੇ ਆਪਣੇ ਘਰ ਖਰੂਦ ਪਾਇਆ, ਚਾਂਗਰ ਮਾਰੀ ਆ, ਰੌਲਾ ਰੱਪਾ ਪਾਉਂਦੇ ਆ। ਇਹ ਆਉਂਦੇ ਵੀ ਸਾਨੂੰ ਤੁਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਇਹਨਾਂ ਨੂੰ ਮਾਰਨਾ ਹੀ ਮਾਰਨਾ, ਜੁੱਜੇ ਬੱਚੇ 'ਤੇ ਹਮਲਾ ਕਰਨਾ ਆ। ਸਾਡੀ ਮੰਗ ਇਹ ਆ ਜੀ, ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਹੈ ਸਾਡਾ, ਕੋਈ ਕਿਸੇ ਦਾ ਇਹ ਨਹੀਂ ਹੈਗਾ ਵੀ ਸਾਨੂੰ ਨਾ ਕੋਈ ਮਾੜੀ ਕਰਨ ਦਿਆ, ਬਹੁਤ ਵਧੀਆ ਆਪਣੇ ਡਿਪਾਰਟਮੈਂਟ ਜੋ ਵੀ ਹੈਗਾ ਬਹੁਤ ਵਧੀਆ ਕੰਮ ਕਰ ਲਿਆ ਹੈ। ਸਾਨੂੰ ਇਹੋ ਮੰਗ ਹੈ ਜੀ, ਇਹਨਾਂ ਨੂੰ ਫੜ ਕੇ ਸਲਾਖਾਂ ਦੇ ਮਗਰ ਦਿੱਤਾ ਜਾਵੇ, ਸਾਡੀ ਜਿਹੜੀ ਜਾਨ ਦੀ ਰਖਵਾਲੀ ਜਿਹੜੀ ਆ ਸਾਡੀ ਆਪਣੀ, ਮੁੜ ਕੇ ਇੰਨੀ ਭਾਲਤ ਜਿਹੜੀ ਆ ਸਾਡੀ ਵਧੀਆ ਹੋਵੇ, ਅਸੀਂ ਆਪਣੇ ਸਹੀ ਤਰੀਕੇ ਨਾਲ ਆਪਣੀ ਵਾਹੀ ਖੇਤੀਬਾੜੀ ਸਾਡਾ ਬੱਚਾ ਘਰੇ ਕਰੇ। ਕੁਝ ਨਹੀਂ ਸਰ, ਕੱਦੂ ਦੇ ਹਾਂ ਕਰਨਾ ਅਤੇ ਇਹਨਾਂ ਦੀ ਹੇਡ ਪਈ ਆਣ ਕੇ ਸਾਨੂੰ। ਕੌਣ ਕੌਣ ਸੀ? ਇੱਕ ਸਵਰਨ ਸਿੰਘ ਜੀ ਅਤੇ ਇੱਕ ਸੋਨੀ ਅਤੇ ਮਲਕੀਤ ਸਿੰਘ ਜੀ, ਇੱਕ ਅਤੇ ਇੱਕ ਕਾਬਲ ਸਿੰਘ ਜੀ, ਇੱਕ ਰਾਜੂ ਨਾਂ ਦਾ ਬੰਦਾ ਉਮਰਪੁਰੇ ਦਾ, ਅਤੇ ਇੱਕ ਬਾਊ ਜੀ, ਬਾਊ ਦਾ ਮਲਕੀਤ ਦਾ ਪਿਓ ਮਲਕੀਤ ਸਿੰਘ ਦਾ। ਅਤੇ ਉਹਨਾਂ ਦਾ ਸਾਡੇ ਪਿੰਡ ਦੇ ਵਿੱਚ ਰਲ ਸੀ, ਇੱਕ ਨਾਲ ਬਿਕਰ, ਇੱਕ ਕਾਲੂ, ਇੱਕ ਸਾਬਾ ਸੀ ਸਾਡੇ ਪਿੰਡ ਦੇ, ਕ੍ਰਿਸ਼ਨ ਸੀ ਉਹ, ਅਤੇ ਜਿਹੜੇ ਦੂਜੇ ਸੀ ਜੱਟ ਪਾਰਟੀ, ਦੋਵੇਂ ਰਲੇ ਸੀ। ਅਤੇ ਅਸੀਂ ਆਪਣੇ ਧਿਆਨ ਕੱਦੂ ਦੇ ਕਰਨਾ, ਇਹਨਾਂ ਦੀ ਇੱਕਦਮ ਮਾਣ ਕੇ ਹੇਠ ਪਈ ਆ, ਅਤੇ ਦਾਤਰ ਕਿਰਪਾਨਾ ਨਾਲ ਹਥਿਆਰ ਸੀ ਇਹਨਾਂ ਤੋਂ, ਅਤੇ ਉਹਨਾਂ ਨਾਲ ਆਣ ਕੇ ਇਹਨਾਂ ਨੇ ਸਾਨੂੰ ਹਮਲਾ ਕੀਤਾ ਹੋਇਆ। ਅਤੇ ਆਉਂਦਿਆਂ ਸਾਡੇ ਇਹਨਾਂ ਨੇ ਪੈਂਦਿਆਂ ਇਹਨਾਂ ਨੇ ਆਣ ਕੇ ਦਾਤਰ ਨਾਲ ਹਮਲਾ ਕੀਤਾ, ਅਤੇ ਮੇਰੇ ਪਹਿਲਾਂ ਸਿਰ 'ਚ ਮਾਰ ਲੱਗੇ, ਮੈਂ ਅੱਗੇ ਬਾਂਹ ਕਰਤੀ, ਮੇਰੇ ਜੋ ਬਾਂਹ 'ਤੇ ਲੱਗ ਗਿਆ, ਅਤੇ ਬਾਅਦ ਬ੍ਰਦਰ 'ਤੇ ਵੀ ਉਹਨਾਂ ਵੀ ਉਹਦੇ ਵੀ ਆਣ ਕੇ ਪਿੱਛੇ ਲਾ ਕੇ ਜੇ ਪਹਿਲਾਂ ਕੁੱਟਿਆ ਉਹਨੂੰ, ਦਾਤਰਾ ਪੁੱਠੇ ਮਾਰੇ ਉਹਨਾਂ ਦੇ, ਅਤੇ ਦਾਤਰ ਮਾਰਿਆ ਮੇਰੇ ਦੇ ਸੋਨੀ ਸਿੰਘ ਨੇ, ਸੋਨੀ ਰਣਜੀਤ ਸਿੰਘ ਉਹਦਾ ਨਾਂ ਸਿੱਧਾ, ਅਤੇ ਉਹਨੇ ਦਾਤਰ ਮਾਰਿਆ। ਪਹਿਲਾਂ ਇਹਨਾਂ ਨੇ ਇੱਕ ਹਵਾਈ ਫੈਰ ਵੀ ਕੀਤਾ ਮਲਕੀਤ ਸਿੰਘ ਨੇ, ਉਹਨੇ ਪਤਾ ਨਹੀਂ ਗੰਨ ਸੀ ਉਹਨਾਂ ਤੋਂ, ਦੂਜੀ ਛੋਟੀ ਸੀ ਪਤਾ ਨਹੀਂ ਕੀ ਪਿਸਟਲ ਭਾਵੇਂ ਰਿਵਾਲਵਰ ਜੋ ਵੀ ਸੀ। ਗੋਲੀ ਵੱਜੀ ਕਿਸੇ ਦੇ? ਹਾਂਜੀ ਵੱਜੀ, ਬ੍ਰਦਰ ਅਤੇ ਮੇਰੇ ਦੇ ਵੱਜੀ, ਉਹ ਸਵਰਨ ਸਿੰਘ ਨੇ ਮਾਰੀ ਸੀ। ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ? 3-4 ਗੋਲੀਆਂ ਚਲਾਈਆਂ, 4-5 ਫੈਰ ਉਹਨਾਂ ਕੀਤੇ ਜੀ ਉਹਨਾਂ ਨੇ। ਇਸ ਸੰਬੰਧੀ ਤੁਸੀਂ ਕੋਈ ਦਰਖਾਸਤ ਦਿੱਤੀ? ਹਾਂਜੀ ਦਰਖਾਸਤ ਦਿੱਤੀ ਜੀ। ਕੀ ਕਾਰਵਾਈ ਹੋਈ? ਸਾਨੂੰ ਇਨਸਾਫ ਚਾਹੀਦਾ ਜੀ, ਸਾਨੂੰ ਇਨਸਾਫ ਚਾਹੀਦਾ। ਗਾਂਹ ਸਾਡੇ ਹੋਰ ਵੀ ਸਾਡੀ ਇੱਕ ਉਹਨਾਂ ਨੂੰ ਹੈਗਾ ਵੀ ਤਰੱਕੀ ਦੇ ਜਾਂ ਦੇ ਵੀ ਭਲਵਾਨੀ ਕਰਦੇ, ਇਹਨਾਂ ਨੂੰ ਵੀ ਕੋਈ ਵੀ ਸਾਨੂੰ ਵੀ ਰੁਕਾਵਟ ਬਣਦੇ ਨੇ ਸਾਨੂੰ। ਰੰਜਿਸ਼ ਚੱਲਦੀ ਪਿੱਛੇ? ਸਾਡੀ ਰੰਜਿਸ਼ ਇਹਨਾਂ ਨਾਲ ਕੋਈ ਨਹੀਂ ਜੀ, ਸਾਡੇ ਇਹਨਾਂ ਨੇ ਪਹਿਲਾਂ ਝੂਠੇ ਪਰਚੇ ਕਰਾਏ ਜੀ ਇਹਨਾਂ ਨੇ,
ਅਤੇ ਚਲੋ ਸਾਡਾ ਨਾਂ ਅਤੇ ਚਲੋ ਅਸੀਂ ਸੱਚੇ ਹਾਂ, ਪਿੰਡ ਸਾਰਾ ਸਾਰਾ ਨਾਲ ਹੀ ਸਾਡੇ, ਅਤੇ ਚਲੋ ਸਾਡੇ ਨਾਂ ਇਨਕੁਆਇਰੀ ਰਾਹੀਂ ਨਿਕਲ ਗਏ ਆ, ਅਤੇ ਨਾ ਉਹ ਹੀ ਰੰਜਿਸ਼ ਦੇ ਵਿੱਚ ਇਹਨਾਂ ਨੇ ਸਾਡਾ ਵੀ ਫਿਰ ਇਹਨਾਂ ਨੂੰ ਇਹ ਵੀ ਇਹਨਾਂ ਨੇ ਨਾਂ ਕਿਉਂ ਨਿਕਲੇ, ਉਹ ਵੀ ਰੰਜਿਸ਼ ਮਾੜੀ ਜਿਹੀ ਰੱਖੀ ਸੀ ਅਤੇ ਇਹਨਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਉਹਨਾਂ ਨੂੰ ਕੋਈ ਗ੍ਰਿਫਤਾਰ ਕੀਤਾ ਗਿਆ? ਨਹੀਂ, ਅਜੇ ਕੋਈ ਗ੍ਰਿਫਤਾਰ ਨਹੀਂ ਜੀ ਕੀਤਾ ਗਿਆ। ਸਾਨੂੰ ਸਰ ਖਤਰਾ ਖਤਰਾ, ਤੁਸੀਂ ਆ ਸੋਚੋ, ਸਾਡੇ ਦੋਵਾਂ ਭਰਾਵਾਂ ਨੇ ਜਾਨਲੇਵਾ ਹਮਲਾ ਕੀਤਾ ਇਹਨਾਂ ਨੇ, ਚਲੋ ਉਹਦੇ ਦੂਜੇ ਬ੍ਰਦਰ ਦਾ ਅਜੇ ਪਤਾ ਨਹੀਂ ਆ ਕਿ ਨਹੀਂ, ਕਿ ਮੇਰੀ ਵੀ ਬਾਂਹ ਇਹਨਾਂ ਨੇ ਮੋਛੇ ਵਾਟੇ ਸਾਰੀ ਕੀਤੀ ਜੇ, ਅਤੇ ਸਾਨੂੰ ਇਨਸਾਫ ਚਾਹੀਦਾ ਜੀ। ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ, ਲਾਈਵ ਭਾਰਤ।